ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਸਪੈਸ਼ਲ ਕੈਂਪ ਲਾਏ ਗਏ ਨੇ ਜ ਜਿਹਦੇ ਵਿੱਚ ਇੰਤਕਾਲ ਅਦਾਲਤ ਅੱਜ ਲਾਈ ਗਈ ਨੇ ਤੇ ਜਿੰਨੇ ਵੀ ਜਿਹੜੇ ਐਮ ਐਲ ਏਜ਼ ਨੇ ਵਿਧਾਇਕ ਨੇ ਹਲਕੇ ਦੇ ਉਹਨਾਂ ਵੱਲੋਂ ਪੂਰਾ ਇੱਕ ਚੈੱਕ ਕੀਤਾ ਜਾ ਰਿਹਾ ਹੈ ਇੰਤਕਾਲ ਅਦਾਲਤ ਦੇ ਵਿੱਚ ਪਹੁੰਚ ਕੇ ਡੇਰਾਬਸੀ تحصیل ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਹਲਕਾ ਵਿਧਾਇਕ ਕੁਲਜਤ ਕੁਲਜੀਤ ਸਿੰਘ ਦਾ ਦਾਵਾ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਕੋਈ ਪੈਂਡੈਂਸੀ ਨਾ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੇ ਡੀਸੀ ਨੂੰ ਹੁਕਮ ਦਿੱਤੇ ਗਏ ਸੀ ਜਿਸ ਨੂੰ ਲੈ ਕੇ ਇਹ ਪੂਰਾ ਇੰਤਕਾਲ ਅਦਾਲਤ ਦਾ ਸਮਾਜ ਜਿਹੜਾ ਹੈ ਅੱਜ ਦਾ ਨਿਰਧਾਰਿਤ ਕੀਤਾ ਗਿਆ ਸੀਗਾ ਇਹ ਸਾਰੀ ਪੈਂਡੈਂਸੀ ਜਿਹੜੀ ਵੀ ਹੈ ਉਹ ਸਾਰੀ ਚੈੱਕ ਕੀਤੀ ਜਾ ਰਹੀ ਹੈ ਜਿਹੜੇ ਹਲਕਾ ਵਿਧਾਇਕ ਨੇ ਜਿਨੇ ਵੀ ਡਿਸਕ੍ਰਿਪਟੀ ਕਮਿਸ਼ਨਰਸ ਨੇ ਉਹਨਾਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਣੇ ਤਹਿਸੀਲ ਦੇ ਵਿੱਚ ਜਿਨੇ ਵੀ ਇੰਤਕਾਲ ਹੁੰਦੇ ਹਨ ਕੋਈ ਪੈਂਡੈਂਸੀ ਨਹੀਂ ਰਹਿਣੀ ਚਾਹੀਦੀ ਜਿਸ ਕਰਕੇ ਇਹ ਸਾਰੇ ਜਿਹੜੇ ਐਮ.ਐਲ.ਏ ਜੇ ਨੇ ਉਹਨਾਂ ਵੱਲੋਂ ਪੂਰਾ ਚੈੱਕ ਕੀਤਾ ਜਾ ਰਿਹਾ ਸਾਡੇ ਨਾਲ ਕੁਲਜੀਤ ਸਿੰਘ ਰੰਧਾਵਾ ਜੀ ਨੇ ਰੰਧਾਵਾ ਸਾਹਿਬ ਅੱਜ ਇੰਤਕਾਲ ਅਦਾਲਤ ਸਪੈਸ਼ਲ ਕੈਂਪ ਲਾਏ ਜਾ ਰਹੇ ਨੇ ਮਕਸਦ ਕੀ ਹੈ ਛੋਟੇ ਵੀਰੇ ਨਾਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਹੋਰਾਂ ਲੋ ਜਿਹੜਾ ਇਹ ਯੋਗ ਉਪਰਾਲਾ ਕੀਤਾ ਗਿਆ ਇਹ ਕੱਲੇ ਸੜੇ ਆਮ ਆਦਮੀ ਪਾਰਟੀ ਦੀ ਟੀਮ ਆ ਆਮ ਆਦਮੀ ਪਾਰਟੀ ਦੇ ਲੋਕ ਚੋਣਾਂ ਲਾਗਿਆ ਨਹੀਂ ਕਰਦੇ ਪੰਜਾਬ ਦੇ ਲੋਕ ਚੋਣਾਂ ਕਰ ਰਹੇ ਹੈ ਦਾ ਕਾਰਨ ਕੀ ਹੈ ਕਿ ਆਮ ਤੌਰ ਤੇ ਖੱਜੜ ਖਰਾਬੀਆਂ ਧੱਕੇ ਖਾਣੇ ਪੈਂਦੇ ਸੀ ਆਮ ਲੋਕਾਂ ਨੂੰ ਅੱਜ ਜਿਹੜੀ ਜ਼ੀਰੋ ਆਪਣੀ ਲੈ ਕੇ ਸਾਰੀ ਸਕੀਮ ਆਏ ਆ ਪਾ ਮਾਨ ਸਾਹਿਬ ਵੱਲੋਂ ਅਸ ਵਿਰਤਕਾਲ ਦਾ ਜਿਹੜਾ ਪ੍ਰੋਗਰਾਮ ਹੈ ਸਾਰਾ ਸ਼ੁਰੂ ਕੀਤਾ ਗਿਆ ਔਰ ਮੈਂ ਇਹਦੇ ਸਬੰਧ ਚ ਅਧਿਕਾਰੀਆਂ ਦਾ ਵੀ ਬਹੁਤ ਧੰਨਵਾਦ ਕਰਦਾ ਬੜੀ ਬੜੀ ਤਨਦੇਹੀ ਦੇ ਨਾਲ ਮੰਨ ਵਾਲੇ ਸਾਰੇ ਲੋਕ ਲੱਗੇ ਹੋਏ ਨੇ ਔਰ ਬੜੇ ਵਧੀਆ ਢੰਗ ਨਾਲ ਜਿੱਦਾਂ ਤੋਂ ਅਨਾਉਂਸਮੈਂਟ ਹੋਈ ਹੈ ਇਹਨਾਂ ਨੇ ਘਰ ਘਰ ਪੰਜਾਬ ਦੇ ਹਰ ਕੋਨੇ ਤੱਕ ਡੇਰਾ ਬਸੀ ਹਲਕੇ ਦੇ ਹਰ ਕੋਨੇ ਕੋਨੇ ਤੱਕ ਇਹਨਾਂ ਜਿਹੜੇ ਸਾਡੇ ਤਹਿਸੀਲਦਾਰ ਸਹਿਬਾਨ ਸਬੰਧਤ ਅਧਿਕਾਰੀਆਂ ਨੇ ਘਰ ਘਰ ਇਸਨੇਹਾ ਭੇਜਿਆ ਕਿ ਆਓ ਜਿਹੜੇ ਇੰਤਕਾਲ ਪੈਂਡਿੰਗ ਨੇ ਸਾਰੇ ਰਲ ਮਿਲ ਕੇ ਕਰਾਈਏ ਔਰ ਮੈਂ ਇਸ ਮੌਕੇ ਤੇ ਜਿੱਥੇ ਮਾਨ ਸਾਹਿਬ ਦਾ ਧੰਨਵਾਦ ਕਰਦਾ ਉਥੇ ਅਫਸਰ ਸਾਰੇ ਤਹਿਸੀਲਦਾਰ ਐਸਡੀਐਮ ਸਾਰਾ ਇਹਨਾਂ ਦਾ ਹਮਲਾ ਫੈਲਾਦਾ ਇਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਆਮ ਤੌਰ ਤੇ ਇਸੇ ਇੱਕ ਛੋਟੇ ਛੋਟੇ ਕੰਮ ਲਈ ਕਈ ਵਾਰੀ ਖੱਜਲ ਖਰਾਬੀ ਤੇ ਇੰਨੀ ਬੁਰੀ ਤਰ੍ਹਾਂ ਲੋਕ ਪੀੜਿਤ ਹੁੰਦੇ ਸੀਗੇ ਅੱਜ ਦੇਖੋ ਇੰਤਕਾਲ ਇੱਕ ਪਲੇਟਫਾਰਮ ਤੇ ਤੁਹਾਡੇ ਲਾ ਕੇ ਟੇਬਲ ਸਾਰਿਆਂ ਦਾ ਕੀਤਾ ਜ਼ੀਰੋ ਇੰਤਕਾਲ ਸਭ ਤੋਂ ਵੱਡੀ ਮਾਨ ਸਾਹਿਬ ਦੀ ਜਿਹੜੇ ਮਨ ਦੀ ਇੱਛਾ ਸੀ ਕਿ ਜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਉਹਦੇ ਲਈ ਆ ਵੀ ਬਹੁਤ ਵੱਡਾ ਇੱਕ ਇਹ ਜਿਵੇਂ ਕਿ ਆਪਾਂ ਪਿੱਛੇ ਨੌਕਰੀਆਂ ਦੀ ਗੱਲ ਲਾਓ ਬਿਜਲੀ ਫਰੀ ਦੀ ਗੱਲ ਲਾਓ ਇਹ ਸ਼੍ਰਮਚਾਰੀ ਨੇ ਭਾਵੇਂ ਸਾਡੇ ਕਿਸਾਨ ਵੀਰ ਨੇ ਜਿਨ੍ਹਾਂ ਭਾਵੇਂ ਪ੍ਰਾਪਰਟੀ ਡੀਲਰ ਨੇ ਸਾਰੇ ਲੋਕਾਂ ਨੂੰ ਕਿਤੇ ਨਾ ਕਿਤੇ ਇਸ ਸੰਬੰਧੀ ਦਿੱਕਤ ਆਉਂਦੀ ਸੀ ਜਿਹੜੀ ਇੱਕੋ ਟੇਬਲ ਲਾ ਕੇ ਸਾਰੀ ਚੀਜ਼ ਕਲੀਅਰ ਕੀਤੀ ਗਈ ਇਸ ਵਾਸਤੇ ਮਹਿਮਾਨ ਸਾਹਿਬ ਦਾ ਤੇ ਇਹਨਾਂ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਔਰ ਡੇਰਾ ਬਸੀ ਹਲਕੇ ਵੱਲੋਂ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਅੱਜ ਇਸ ਕੈਂਪ ਦਾ ਬਹੁਤ ਡੇਰਾ ਬਸੀ ਹਲਕੇ ਦੇ ਲੋਕਾਂ ਨੇ ਲਾਹਾ ਲਿਆ ਭਾਵੇਂ ਜ਼ਿਰਕਪੁਰਾ ਡੇਰਾ ਬਸੀ ਹੰਡੇਸਰਾ ਲਾਲੜੂ ਇਹਦੇ ਨਾਲ 100 ਦੇ ਕਰੀਬ ਜਿਹੜਾ ਪਿੰਡ ਹੈ ਉਹ ਪਿੰਡਾਂ ਚੋਂ ਵੀ ਕਾਫੀ ਆਮ ਮਹਾਰੀ ਲੋਕ ਨਿਕਲ-ਨਿਕਲ ਕੇ ਆ ਰਹੇ ਨੇ ਆਪਣੇ ਇੰ ਰਤਨ ਸਿੰਘ ਇੱਕ ਸਵਾਲ ਹੈਗਾ ਕਿਉਂਕਿ ਪਿਛਲੇ ਦਿਨ ਐਵੀ ਕਿਹਾ ਕਿ ਕ腐ਸ਼ਨ ਜਿਹੜਾ ਹੈਗਾ ਉਹ ਫਰੀ ਬਣਾਣਾ ਹੈ ਉਸ ਦੇ ਮੱਦੇ ਨਜ਼ਰ ਤੇ ਨਾਲ ਦੇ ਨਾਲ ਜਿਹੜੀ ਪੈਂਡੈਂਸੀਜ਼ ਹੈ ਉਹਨੂੰ ਵੀ ਦੇਖਦੇ ਹੋਏ ਮੱਦੇ ਨਜ਼ਰ ਇਹ ਜਿਹੜੇ ਹੈਗੇ ਇੰਤਕਾਲ ਅਦਾਲਤ ਜਾਂ ਫਿਰ ਹੋਰ ਸਪੈਸ਼ਲ ਕੈਂਪ ਹੈ ਉਹ ਲਾਂਦੀ ਗੱਲ ਕੀਤੀ ਗਈ ਸੀ ਦੇਖੋ ਬਿਲਕੁਲ ਤੁਸੀਂ ਸਹੀ ਕਿਹਾ ਅੱਜ ਕਾਫੀ ਹੱਦ ਤੱਕ ਜਿਹੜੀ ਕ腐ਸ਼ਨਾਂ ਨੂੰ ਨੱਥ ਪਈ ਹੈ ਔਰ ਖਾਸ ਕਰ ਮੈਂ ਤੁਹਾਡੇ ਚੈਨਲ ਵਾਲਿਆਂ ਦਾ ਜੁਰੂਰ ਧੰਨਵਾਦ ਕਰਦਾ ਕਿ ਪੰਜਾਬ ਸਰਕਾਰ ਜਦੋਂ ਬਣੀ ਹੈ ਤੁਹਾਡਾ ਬਹੁਤ ਵੱਡਾ ਯੋਗਦਾਨ ਰਿਹਾ ਪਾਰਦਰਸ਼ਤਾ ਦੇ ਨਾਲ ਤੁਸੀਂ ਮਾਨ ਸਾਹਿਬ ਦੀ ਸੋਚ ਤੇ ਸਾਰੇ ਐਮਐਲਏ ਦਾ ਕੀਤਾ ਹੋਇਆ ਕੰਮ ਜਿਹੜਾ ਤੁਸੀਂ ਪਾਰਦਰਸ਼ਤਾ ਨਾਲ ਆਪਣੇ ਟੀਵੀ ਚੈਨਲਾਂ ਦੇ ਉੱਪਰ ਦਿਖਾਇਆ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਕਿਤੇ ਨਾ ਕਿਤੇ ਰਾਹਤ ਮਹਿਸੂਸ ਕੀਤੀ ਹੈ ਪੈਂਡੈਂਸੀ ਦੀ ਅਸੀਂ ਗੱਲ ਕਰ ਲਈ ਪੈਂਡੈਂਸੀ ਨੂੰ ਲੈ ਕੇ ਪਿਛਲੇ ਦਿਨਾਂ ਕਾਫੀ ਲੋਕਾਂ ਦੀ ਵੀ ਖੱਜਲ-ਖਵਾਰੀ ਹੋਈ ਹੈ ਲੇਕਿਨ ਕਹਿ ਸਕਦੇ ਹਾਂ ਕਿ ਵਧੀਆ ਉਪਰਾਲਾ ਹੈ ਕਿ ਅੱਜ ਤੋਂ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਦੇਖੋ ਇਹ ਪੈਂਡੈਂਸੀ ਨੂੰ ਲੈ ਕੇ ਜਿਹੜੀ ਤੁਸੀਂ ਗੱਲ ਕੀਤੀ ਹੈ ਇੱਕ ਅੱਛੀ ਸ਼ੁਰੂਆਤ ਹੈ ਤੁਸੀਂ ਦੇਖਿਆ ਆਉਣ ਵਾਲੇ ਸਮੇਂ ਤੇ ਇਹਦੇ ਬਹੁਤ ਵਧੀਆ ਰਿਜ਼ਲਟ ਨਿਕਲਣਗੇ ਔਰ ਮਾਨ ਸਾਹਿਬ ਦੇ ਕੀਤੇ ਹੋਏ ਕੰਮਾਂ ਤੇ ਪੰਜਾਬ ਦੇ ਲੋਕ ਵਾਰੀ ਨਾ ਹੋ ਇਸ ਕਰਕੇ ਸਾਰੀ ਚੀਜ਼ਾਂ ਨੂੰ ਲੈ ਕੇ ਸਪੈਸ਼ਲ ਕੈਂਪ ਜਿਹੜੇ ਆ ਉਹ ਲਾਏ ਜਾ ਰਹੇ ਨੇ ਡੇਰਾਬਸੀ ਹਲਕਾ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਸਾਡੇ ਨਾਲ ਨੇ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਕੋਈ ਪੈਂਡੈਂਸੀ ਜਾਂ ਫਿਰ ਕਰਪਸ਼ਨ ਫ੍ਰੀ ਨੂੰ ਲੈ ਕੇ ਇੱਕ ਵੱਡਾ ਉਪਰਾਲਾ ਮੁੱਖ ਮੰਤਰੀ ਭਗਵੰਤ ਮਾਨ ਦਾ ਹੈਗਾ ਜਿਨ੍ਹਾਂ ਨੇ ਸਾਰੇ ਡੀਸੀ ਨੂੰ ਹੁਕਮ ਦਿੱਤੇ ਸੀ ਕਿ ਪੂਰੇ ਤਹਿਸੀਲ ਦੇ ਵਿੱਚ ਜਾ ਕੇ ਇਹ ਸਾਰੇ ਜਿਹੜੇ ਕੈਂਪ ਲਾਈ ਜਾਣ ਤੇ ਤਸਵੀਰਾਂ ਲਗਾਤਾਰ ਤੁਸੀਂ ਵੇਖ ਰਹੇ ਹੋ ਇਹ ਡੇਰਾਬਸੀ ਹਲਕਾ ਜਿੱਥੇ ਹਲਕਾ ਵਿਧਾਇਕ ਪਹੁੰਚੇ ਨੇ ਤੇ ਪੂਰਾ ਜਿੰਨੇ ਵੀ ਲੋਕਾਂ ਦੇ ਕੋਈ ਪੈਂਡੈਂਸੀ ਹੈ ਉਸ ਨੂੰ ਕਲੀਅਰ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ ਡੇਰਾਬਸੀ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ